ਹੱਥਾਂ 'ਚ ਰਿਵਾਲਵਰ ਤਾਣੇ ਖੇਤਾਂ ਦੇ ਵਿੱਚ ਖੜੇ ਇਸ ਸ਼ਖਸ ਖੇਤੀ ਕਰਨ ਤੋਂ ਇੱਕ ਧਿਰ ਨੂੰ ਰੋਕ ਰਹੇ ਨੇ, ਜਿਸ ਲਈ ਗੋਲੀਆਂ ਤੱਕ ਚਲਾ ਰਹੇ ਨੇ। ਦੱਸ ਦਈਏ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਥੇ ਖੇਤਾਂ ਦੇ ਵਿੱਚ ਹੀ ਜੰਮ ਕੇ ਲੜਾਈ ਹੋਈ ਹੈ। ਲੜਾਈ ਵੀ ਇਸ ਕਦਰ ਕਿ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ ਨੇ। ਖੇਤਾਂ ਨੂੰ ਹੀ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ, ਪਰ ਇਹ ਗੋਲੀਆਂ ਚਲਾਉਣ ਵਾਲੇ ਲਗਾਤਾਰ ਇੱਕ ਦੂਜੇ ਵੱਲ ਗੋਲੀਆਂ ਚਲਾਉਂਦੇ ਰਹੇ। ਦਰਅਸਲ ਇੱਥੇ ਇੱਕ ਧਿਰ ਦੇ ਵੱਲੋਂ ਖੇਤੀ ਕੀਤੀ ਜਾ ਰਹੀ ਸੀ ਤੇ ਇਸ ਵਿਚਾਲੇ ਉਹਨਾਂ ਨੂੰ ਰੋਕਣ ਦੇ ਲਈ ਦੂਜੀ ਧਿਰ ਆ ਜਾਂਦੀ ਹੈ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ। ਇੱਕ ਗੋਲੀ ਤਾਂ ਮੁੰਡੇ ਦੀ ਲੱਤ ਦੇ ਆਰ ਪਾਰ ਹੋ ਗਈ, ਜਦਕਿ ਇੱਕ ਹੋਰ ਸ਼ਖਸ ਨੂੰ ਵੀ ਗੋਲੀ ਲੱਗੀ ਹੈ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਤਸਵੀਰਾਂ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬੀਬੀ ਦੀ ਪੰਡੋਰੀ ਦੀਆਂ ਨੇ, ਜਿੱਥੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਖੇਤਾਂ ਦੇ ਵਿੱਚ ਜਦੋਂ ਗੋਲੀਆਂ ਚੱਲਣ ਲੱਗੀਆਂ ਤੇ ਗੋਲੀਆਂ ਵੀ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਚਲਾਈਆਂ ਗਈਆਂ। ਗੋਲੀਆਂ ਚਲਾਉਣ ਵਾਲੇ ਸਰਪੰਚ ਦੱਸੇ ਜਾ ਰਹੇ ਨੇ, ਸਰਪੰਚ ਤੇ ਉਸਦੇ ਪੁੱਤ ਦੇ ਵੱਲੋਂ ਇੱਥੇ ਦੂਜੀ ਧਿਰ ਤੇ ਗੋਲੀਆਂ ਚਲਾਈਆਂ ਗਈਆਂ ਨੇ, ਜੋ ਇਸ ਜ਼ਮੀਨ ਤੇ ਖੇਤੀ ਕਰ ਰਹੇ ਸਨ। ਦਰਅਸਲ ਇਹ ਜ਼ਮੀਨ ਚਾਰ ਲੋਕਾਂ ਦੇ ਵਿੱਚ ਵੰਡੀ ਹੋਈ ਹੈ, ਚਾਰ ਧਿਰਾਂ 'ਚ ਵੰਡੀ ਹੋਈ ਹੈ ਤੇ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਚੱਲ ਰਹੀ ਹੈ ਤੇ ਇਸੇ ਨੂੰ ਲੈ ਕੇ ਜਦੋਂ ਇੱਕ ਧਿਰ ਦੇ ਵੱਲੋਂ ਇੱਥੇ ਖੇਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੂੰ ਰੋਕਿਆ ਗਿਆ। ਹਾਲਾਂਕਿ ਇੱਥੇ ਪਹਿਲਾਂ ਤਾਂ ਦੂਜੀ ਧਿਰ ਡਰਦੀ ਨਹੀਂ ਹੈ, ਖੇਤੀ ਕਰਦੀ ਰਹਿੰਦੀ ਹੈ, ਪਰ ਜਦੋਂ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹੈ ਤਾਂ ਫਿਰ ਸਾਰੇ ਹੀ ਜਾਨ ਬਚਾਉਣ ਲਈ ਭੱਜਣ ਲੱਗਦੇ ਨੇ। ਇਸੇ ਵਿਚਾਲੇ ਖੇਤਾਂ 'ਚ ਕੰਮ ਕਰਦੇ ਇੱਕ ਮੁੰਡੇ ਦੀ ਲੱਤ ਦੇ ਆਰ ਪਾਰ ਹੋ ਗਈ ਗੋਲੀ, ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਦਕਿ ਇੱਕ ਹੋਰ ਸ਼ਖਸ ਤੇ ਗੋਲੀ ਲੱਗੀ, ਉਹ ਵੀ ਹਸਪਤਾਲ ਦੇ ਵਿੱਚ ਭਰਤੀ ਹੈ। ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਵੇਂ ਹੀ ਇਤਲਾਹ ਮਿਲੀ ਕਿ ਖੇਤਾਂ 'ਚ ਗੋਲੀਆਂ ਚੱਲ ਰਹੀਆਂ ਨੇ ਤਾਂ ਤੁਰੰਤ ਇੱਥੇ ਪਹੁੰਚੇ ਨੇ ਅਤੇ ਦੋਵਾਂ ਧਿਰਾਂ ਦੇ ਬਿਆਨ ਲੈ ਲਏ ਗਏ ਨੇ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਖੇਤਾਂ 'ਚ ਗੋਲੀਆਂ ਚਲਾਉਂਦਿਆਂ ਦੀਆਂ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਸਰਪੰਚ ਤੇ ਉਸਦਾ ਪੁੱਤ ਦੱਸਿਆ ਜਾ ਰਿਹਾ, ਜਿਨ੍ਹਾਂ ਦੇ ਹੱਥਾਂ ਵਿੱਚ ਰਿਵਾਲਵਰ ਹੈ ਤੇ ਗੋਲੀਆਂ ਚਲਾ ਰਹੇ ਨੇ। ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਗੋਲੀ ਇੱਕ ਮੁੰਡੇ ਦੀ ਲੱਤ ਦੇ ਆਰ ਪਾਰ ਹੋਈ ਹੈ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਧਰੇ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਕੋਈ ਦੋਸ਼ੀ ਹੋਏਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਅਜੀ ਅਸੀਂ ਜ਼ਮੀਨ ਲਈ ਸੀ 3 ਮਹੀਨੇ ਪਹਿਲਾਂ ਪਿੰਡ 'ਚ, ਤੇ ਸਾਡੇ ਪਿੰਡ ਦਾ ਸਰਪੰਚ ਉਹਨੂੰ ਠੇਕੇ 'ਤੇ ਦਿੰਦਾ ਸੀਗਾ, ਤੇ ਅੱਜ ਅਸੀਂ ਆਪਣਾ ਇਨਕਲਾਮ ਕਰਾਂਗੇ ਤੇ ਖੇਤ ਵਾਹੁਣ ਗਏ ਸੀਗੇ। ਉੱਥੇ ਖੇਤ ਵਾਹੁੰਦੇ ਵਾਹੁੰਦੇ ਪਹਿਲਾਂ ਤਾਂ ਉਹਨਾਂ ਨੇ ਆ ਕੇ ਸਾਨੂੰ ਮਾਰਪਿੱਟ ਕੀਤੀ, ਉਹਨਾਂ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਫਿਰ ਬਾਅਦ 'ਚ ਉਹਨਾਂ ਦਾ ਮੁੰਡਾ ਰਿਵੋਲਵਰ ਲੈ ਕੇ ਆਇਆ। ਕਿਹਨਾਂ ਦਾ ਮੁੰਡਾ ਸੀ? ਸਰਪੰਚ ਦਾ ਮੁੰਡਾ। ਸਰਪੰਚ ਦਾ ਕੀ ਨਾਂ ਹੈ? ਸਰਪੰਚ ਦਾ ਨਾਮ ਅਮਰ ਸਿੰਘ, ਅਤੇ ਉਹਨਾਂ ਨੇ ਉਹਦਾ ਮੁੰਡਾ ਆਇਆ ਬਾਅਦ 'ਚ ਰਿਵੋਲਵਰ ਲੈ ਕੇ ਆਉਂਦੇ। ਪਹਿਲਾਂ ਉਹਦੇ ਵੱਡੇ ਮੁੰਡੇ ਨੇ ਗੋਲੀ ਚਲਾਈ, ਉਹ ਤੋਂ ਬਾਅਦ ਛੋਟੇ ਮੁੰਡੇ ਨੇ, ਉਹ ਤੋਂ ਬਾਅਦ ਮੇਰੇ ਗੋਲੀ ਲੱਗ ਗਈ, 7-8 ਗੋਲੀਆਂ ਚੱਲ ਗਈਆਂ ਲੱਗੀ ਉਹਨਾਂ ਨੇ। ਪਹਿਲਾਂ ਤਾਂ ਮੈਂ ਬਚ ਗਿਆ, ਉਦੋਂ ਆਖਰੀ ਵਾਰ ਜਦੋਂ ਮੈਂ ਖੇਤ ਬਾਹਰ ਪਹੁੰਚਦਾ ਸੀਗਾ ਉਦੋਂ ਉਹਨੇ ਗੋਲੀ ਮਾਰੀ, ਮੇਰੇ ਹੱਥ ਵੀ ਗੋਲੀ ਮਾਰੀ ਲੈ ਕੇ। 7-8 ਗੋਲੀਆਂ ਮਾਰੀਆਂ? ਹਾਂਜੀ ਭਾਜੀ। ਅਤੇ ਹੁਣ ਉਹ ਮੌਕੇ ਤੋਂ ਫਰਾਰ ਹੋ ਗਏ ਸੀ? ਮੌਕੇ ਦੇ ਭਾਜੀ ਪਤਾ ਨਹੀਂ, ਮੈਂ ਤਾਂ ਇੱਧਰ ਨੂੰ ਆ ਗਿਆ ਸੀ, ਡੈਡੀ ਨੂੰ ਲੈ ਕੇ ਇੱਧਰ ਨੂੰ ਆ ਗਏ, ਹੋਸਪਿਟਲ ਲੈ ਕੇ ਆ ਗਏ। ਪੁਲਿਸ ਪਹੁੰਚੀ ਸੀ ਮੌਕੇ 'ਤੇ? ਮੌਕੇ 'ਤੇ ਕੋਈ ਪੁਲਿਸ ਨਹੀਂ ਸੀ। ਜ਼ਮੀਨ ਤੁਹਾਡੀ ਆਪਣੀ ਸੀ ਜਿਹੜੀ? ਹਾਂਜੀ ਭਾਜੀ, ਜ਼ਮੀਨ ਸਭ ਕੁਛ ਰਜਿਸਟਰੀ ਹੋ ਗਈ ਸੀ। ਇਹ ਦੂਈ ਪਾਰਟੀ ਦੇ ਬੰਦੇ ਸੀ, 40 ਸਾਲ ਤੋਂ ਸਾਡੇ ਕੋਲ ਜ਼ਮੀਨ ਦਾ ਕਬਜ਼ਾ ਦਿੱਤੇ, ਅਸੀਂ ਉਹ ਲਏ ਵੇ ਦੂਈ ਲਈ ਵੀ ਆ, ਕੀ ਕਹਿੰਦੇ ਉਹ ਲਿਮਿਟ ਉਹ ਕਰਾਏ ਨੇ, ਕੀ ਕਹਿੰਦੇ ਹੁੰਦੇ ਨੇ ਉਹ ਜ਼ਮੀਨ ਤੇ, ਮਤਲਬ ਹਾਂ ਸਟੇ ਲਈ ਵੀ ਆ। ਅੱਛਾ, ਸਟੇ ਲਈ ਵੀ ਸਟੇ ਲਈ ਵੀ ਸਾਡੇ ਕੋਲ। ਜਗ੍ਹਾ ਤੁਹਾਡੇ ਕਿੰਨੇ ਚਿਰ ਤੋਂ? 40 ਸਾਲ ਦੀ ਆ ਤੁਹਾਡੇ ਕੋਲ? ਹਾਂਜੀ, ਸਾਡੀ ਜ਼ਮੀਨ
ਇਹ ਹੈਗੀ ਆ 80 ਕ ਬਿੱਗੇ ਆ। ਜ਼ਮੀਨ ਕਿੰਨੀ ਆ ਟੋਟਲ? ਜ਼ਮੀਨ ਕਿੰਨੀ ਆ? 80 ਬਿੱਗੇ। ਅੱਛਾ, ਹੈਗੇ ਨੇ 10 ਕਿੱਲੇ। ਇਹ ਜਣ ਕੀ ਹੋ, ਦੋ ਪਾਰਟੀ ਦੇ ਬਾਹਰ ਗਏ ਵੀ ਨੇ, ਬਾਹਰ ਚਾਰ ਪਾਰਟੀਆਂ 'ਚ ਇਹ ਜ਼ਮੀਨ ਵੰਡੀ ਵੀ ਆ, ਚਾਰ ਜਾਣਿਆਂ ਦੀ ਜ਼ਮੀਨ ਹੈ। ਅਸੀਂ ਸਾਡੇ ਕੋਲ ਠੇਕੇ ਤੇ ਸੀ, ਇਹ ਜਿਹੜੀ ਜ਼ਮੀਨ ਤੇ ਸਾਡਾ ਕਬਜ਼ਾ ਕਰਿਆ, ਸਾਨੂੰ ਦੇ ਕੇ ਗਿਆ ਵਾ ਸੀ ਉਹ ਕਰਨੈਲ ਸਿੰਘ, ਉਹ ਮਰ ਗਿਆ ਸੀ, ਮੁਖਤਿਆਰ ਨਾਮਾ ਸਾਡੇ ਕੋਲ, ਸਾਰਾ ਕਾਗਜ਼ ਪੱਤਰ ਸਾਰਾ ਕੁਛ ਸਾਡੇ ਕੋਲ ਪਿਆ ਆ। ਫਿਰ ਕਬਜ਼ਾ ਲੈਣ ਕਿਉਂ ਆਏ? ਇਹਨਾਂ ਨੇ ਪਤਾ ਨੀ ਕਾਹਤੇ ਲੈਣ ਗਏ ਨੇ, ਇਹ ਧੱਕਾ ਸ਼ਾਹੀ ਕਰਦੇ ਨੇ ਸਾਡੇ ਨਾਲ। ਜਿਹੜਾ ਇਸ਼ਤੇ ਲਿੱਤਾ ਹੋਇਆ ਕੋਰਟ 'ਚ, ਉਹ ਕਿਹਦੇ ਕੋਲ ਲਿੱਤਾ ਹੋਇਆ ਤੁਸੀਂ? ਹਾਂਜੀ, ਜਿਹੜਾ ਤੁਸੀਂ ਕਹਿੰਦੇ ਨੇ ਕੋਰਟ 'ਚ ਇਸ਼ਤੇ ਹੈਗਾ, ਹਾਂਜੀ, ਉਹ ਕਿਹਦੇ ਕੋਲ ਲਿੱਤਾ ਹੋਇਆ? ਉਹ ਅਸੀਂ ਜੱਜ ਤੋਂ ਲਿਆ ਵਾ। ਦੂਜੀ ਪਾਰਟੀ ਕਿਹੜੀ ਹੈ? ਦੂਜੀ ਪਾਰਟੀ ਪਰਮਜੀਤ ਸਿੰਘ, ਮੱਖਣ ਸਿੰਘ। ਹਾਂਜੀ, ਇਹਨਾਂ ਨੇ ਸਾਡੇ ਤੇ ਆ ਕੇ ਹਮਲਾ ਕਰਿਆ, ਸਾਡਾ ਟਰੈਕਟਰ ਵੀ ਸਾਰਾ ਹੀ ਭੰਨਤਾ, ਮੇਰੇ ਤੇ ਵੀ ਇਹਨਾਂ ਨੇ ਹਮਲਾ ਕਰਿਆ, ਮੇਰੇ ਵੀ ਇਹਨਾਂ ਨੇ ਡੰਡੇ ਮਾਰੇ, ਆ ਦੇਖੋ ਖੂਨ ਚੱਲਦਾ ਹੱਥ। ਇਹ 50-60 ਬੰਦੇ ਸੀ। ਨਹੀਂ, ਅਸੀਂ ਨੀ ਗੋਲੀਆਂ ਚਲਾਈਆਂ, ਪੁਲਿਸ ਨੇ ਧੱਕਾ ਸ਼ਾਹੀ ਸਾਡੇ ਨਾਲ ਆ ਕੇ, ਪੁਲਿਸ ਨੇ ਕਰੀ ਆ ਸਾਡੇ ਨਾਲ ਧੱਕਾ ਸ਼ਾਹੀ, ਬਹੁਤ ਕਰੀ ਆ ਸਾਡੇ ਨਾਲ, ਸਾਡੇ ਨਿਆਣੇ ਚੱਕ ਕੇ ਲੈ ਗਏ ਸਾਡੇ ਪੁਲਿਸ ਵੀ ਇਹਨਾਂ ਨੂੰ। ਕਿੱਥੇ? ਜ਼ਮੀਨ ਤੇ ਹੋਇਆ? ਜ਼ਮੀਨ 'ਚ ਨਹੀਂ ਹੋਇਆ, ਸਾਡੇ ਘਰੇ ਵੀ ਇਹਨਾਂ ਨੇ ਹਮਲਾ ਕਰਿਆ। ਵੀਡੀਓ ਵਾਇਰਲ ਹੋ ਰਹੀ, ਗੋਲੀਆਂ ਤੁਹਾਡੇ ਬੇਟਾ ਸਰਪੰਚ ਸਾਹਿਬ ਤੋਂ ਖੋ ਕੇ ਚਲਾ ਰਹੇ, ਰਿਵਾਲਵਰ ਚਲਾ ਰਹੇ, ਵੀਡੀਓ ਆਈ। ਨਹੀਂ, ਉਹ ਫਿਰ ਇਹਨਾਂ ਨੇ ਜਦ ਸਾਡੇ ਇਹਨਾਂ ਦੇ ਗੋਲੀ ਮਾਰੀ ਇਹਦੇ ਡੈਡੀ ਦੇ, ਫਿਰ ਸਾਡਾ ਮੁੰਡਾ ਗੋਲੀ ਪਤਾ ਨਹੀਂ ਫਿਰ ਉਹਨੇ ਕਰੀ ਹੋਵੇ, ਪਤਾ ਨਹੀਂ ਹੈਗਾ ਇਸ ਬਾਰੇ ਮੈਨੂੰ। ਇਹ ਸਾਨੂੰ ਹੁਣੇ ਹੁਣੇ ਤਲਾਹ ਮਿਲੀ ਸੀ ਕਿ ਪੰਡੋਰੀ ਬੀਬੀ ਪਿੰਡ ਵਿੱਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿੱਚ ਝਗੜਾ ਆਇਆ ਵਾ, ਕੋਈ ਵਿਅਕਤੀ ਜ਼ਖਮੀ ਹੋਇਆ ਸੀ, ਮੌਕੇ 'ਤੇ ਪਹੁੰਚੇ ਆ, ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਤਾ ਵਾ। ਦੋਨਾਂ ਪਾਰਟੀ ਦੇ ਬਿਆਨ ਲੈ ਕੇ ਜੋ ਕਾਨੂੰਨ ਸਰ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰ, ਗੋਲੀਆਂ ਚੱਲਣ ਦੀ ਗੱਲ ਸਾਹਮਣੇ ਆਈ ਹੈ, ਕਿੰਨੀਆਂ ਗੋਲੀਆਂ ਚੱਲੀਆਂ? ਬਿਲਕੁਲ, ਸਾਨੂੰ ਇਨਫੋਰਮੇਸ਼ਨ ਮਿਲੀ ਵੀ ਗੋਲੀ ਚੱਲੀ ਹੈ, ਕੋਈ ਵੀਡੀਓ ਸਾਡੇ ਹੱਥ ਆਈਆਂ ਨੇ, ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਿੰਨੇ ਫਾਇਰ ਹੋਏ ਨੇ, ਕਿਹਦੇ ਵੱਲੋਂ ਕੀਤੇ ਗਏ ਨੇ, ਸਾਰਾ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕੇ 'ਤੇ ਆ ਕੇ। ਸਰ, ਕੋਈ ਜਾਨੀ ਨੁਕਸਾਨ? ਗੋਲੀ ਇੱਕ ਬੰਦੇ ਦੇ ਲੱਗੀ ਹੈ ਜੀ, ਉਹਨੂੰ DMC ਲੈ ਗਏ ਨੇ ਇਲਾਜ ਵਾਸਤੇ, ਇੱਕ ਬੰਦੇ ਦੇ ਹੋਰ ਲੱਗੇ, ਉਹਨੂੰ ਸਿਵਲ ਹਸਪਤਾਲ ਭੇਜਤਾ ਵਾ। ਦੂਜੀ ਧਿਰ ਦੇ ਵੀ ਇੱਕ ਵਿਅਕਤੀ ਲੱਗੀ ਆ, ਜਾਨੀ ਨੁਕਸਾਨ ਤਾਂ ਬਿਲਕੁਲ ਨਹੀਂ ਅਜੇ ਹੋਇਆ, ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਨਵੈਸਟੀਗੇਸ਼ਨ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ਼ ਕਾਨੂੰਨ ਸਰ ਬਣਦੀ ਕਾਰਵਾਈ ਕੀਤੀ ਜਾਏਗੀ। ਠੀਕ ਹੈ ਸਰ।